ਐਸੀ ਕੀ ਵਜ੍ਹਾ ਬਣ ਗਈ ਕਿ ਤੁਹਾਨੂੰ ਇੱਕਦਮ ਆਮ ਆਦਮੀ ਪਾਰਟੀ ਚੂਜ਼ ਕਰਨੀ ਪੈ ਗਈ? ਬੜੀ ਤੰਗ ਹੋ ਕੇ ਪਾਰਟੀ ਛੱਡੀ ਹੈ। ਤੁਹਾਡੇ ਉੱਤੇ ਇਲਜ਼ਾਮ ਲੱਗਦੇ ਆ ਕਿ ਤੁਹਾਨੂੰ ਟਿਕਟ ਚਾਹੀਦੀ। ਮੁੱਖ ਮੰਤਰੀ ਦੇ ਅਹੁਦੇ ਦੇ ਉੱਤੇ ਕੋਈ ਬੈਠਾ ਹੋਵੇ ਤੁਹਾਡੀ ਉਹਦੇ ਨਾਲ ਬਣਦੀ ਨਹੀਂ। ਜਦੋਂ ਮੈਂ MC ਜਿੱਤਿਆ ਬਿੱਟੂ, ਉਦੋਂ ਜਿਹਨੇ ਪਰਚੀਆਂ ਬਿੱਟੂ ਵੀ ਕੱਢਦਾ ਰਿਹਾ, ਚੰਗੀ ਮਿੱਤਰਤਾ ਰਹੀ। ਹੁਣ ਹੈਗੀ ਹੈ, ਹੁਣ ਘੱਟ ਹੈ। ਜੇ ਸਭ ਸਾਹਮਣੇ ਮਿਲਦੇ ਹੈਂਡਸ਼ੇਕ ਕਰ ਲੈਂਦੇ। ਅਤੇ ਜੇ ਚੰਨੀ ਮਿਲ ਜਾਣ ਤਾਂ ਹੈਂਡਸ਼ੇਕ ਕਰੋਗੇ? ਚੰਨੀ ਨਾਲ ਨਹੀਂ ਮੈਂ ਹੈਂਡਸ਼ੇਕ ਕਰਦਾ। ਅਤੇ ਚੰਨੀ ਦੇ ਭਰਾ ਨਾਲ? ਕਿਸੇ ਨਾਲ ਨਹੀਂ। ਚੰਨੀ ਨੂੰ ਮੁੱਖ ਮੰਤਰੀ ਬਣਾਉਣਾ ਕਿੱਡੀ ਵੱਡੀ ਗੱਲ ਸੀ? ਬਹੁਤ ਵੱਡੀ ਬਲੰਡਰ ਮਿਸਟੇਕ ਸੀਗੀ। ਤੁਸੀਂ ਵੇਰਕਾ ਬੂਥ ਪਲਾਂਟ ਦਾ ਬਹੁਤ ਜ਼ਿਕਰ ਕੀਤਾ। ਜਿਸ ਦਿਨ ਉਸਦੀ ਇਨੋਗਰੇਸ਼ਨ ਸੀ, ਉਸ ਦਿਨ ਤੁਹਾਡੇ ਫਾਦਰ ਸਾਹਿਬ ਦਾ ਦੇਹਾਂਤ ਹੋਇਆ। ਮੈਨੂੰ ਯਾਦ ਵੀ ਹੁੰਦੀ ਆਇਆ ਵੀ ਬੜੇ ਬੜੇ ਬੜਾ ਭਾਵੁਕ ਪਲ ਹੁੰਦੇ ਆ ਉਸਨੂੰ ਯਾਦ ਕਰਨਾ।